हेलो फ्रेंड्स, वेलकम बैक माय चैनल। आज मैं बहुत ज़्यादा टाइम दे बाद वीडियो अपलोड जिहड़ी आ करन जा रही हाँ। वैसे स्कूल ज्वाइन करन दे कारण काफ़ी ज़्यादा लाइफ जिहड़ी आ बिजी हो गई है, जिहदे करके कोई भी वीडियो वगैरह बनाने का टाइम ही नहीं मिल रहा सीगा। ते हुण समर वेकेशन चलदियाँ पईआं, इसलिए मैं सोचा कि थोड़ा जिहा यूट्यूब दे उत्ते कंटीन्यूटी जिहड़ी आ बनाई जावे, ते तुहाडे सारिआं दे नाल दुबारा तो इंट्रैक्शन जिहड़ी आ उह कीती जावे। आज दी वीडियो दे विच मैं तुहाडे नाल ये चीज़ शेयर करांगी कि किस तरीके दे नाल मैं बिल्कुल फर्स्ट अटैम्प्ट दे विच जिहड़ा है पी एस टैट क्लीयर किया। तो इहदे लई सब तो पहला किहड़ी चीज़ तुसीं फॉलो करनी है, किहड़ा चीज़ां नूं तुसीं इग्नोर करना है, ये चीज़ां अज मैं तुहाडे नाल पूरी डिटेल दे विच डिस्कस करांगी। सो अगर तुसीं मेरे चैनल ते फस्ट टाइम विजिट कर रहे हो तो चैनल नूं सबसक्राइब ते वीडियो नूं लाइक जरूर करना। मेरे इस चैनल दे उत्ते पहला तुहानूं पी एस टैट दे नाल रिलेटिड स्टडी ब्लॉग्स जिहड़े देखण नूं मिलदे सीगे, जिहड़ा ने नहीं देखे अगर फस्ट टाइम चैनल ते आ रहे हो तो सब तो पहला जाके उह वाले ब्लॉग्स जिहड़े आ जरूर देखना, वीडियोज़ जरूर देखना। अगर पसंद आण तां चैनल नूं सबसक्राइब जरूर करना। ਇਹਦੇ ਨਾਲ ਕੀ ਹੁੰਦਾ ਹੈ, ਅਗਰ ਅਸੀਂ ਆਪਣੇ ਵਰਗੇ ਦੂਸਰੇ ਲੋਕਾਂ ਨੂੰ ਪੜ੍ਹਦੇ ਦੇਖਦੇ ਹਾਂ, ਟਾਈਮ ਨੂੰ ਮੈਨੇਜ ਕਰਦੇ ਦੇਖਦੇ ਹਾਂ, ਤਾਂ ਇਹਦੇ ਨਾਲ ਕੀ ਸਾਨੂੰ ਖੁਦ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵੀ ਇਸ ਤਰੀਕੇ ਦੇ ਨਾਲ ਆਪਣਾ ਟਾਈਮ ਮੈਨੇਜ ਕਰਕੇ ਆਪਣੀ ਜਿਹੜੀ ਪੜ੍ਹਾਈ ਆ ਉਹ ਕਰ ਸਕੀਏ। ਹੁਣ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਮਾਸਟਰ ਕੇਡਰ ਦੇ ਨਾਲ ਰਿਲੇਟਡ ਸਟੱਡੀ ਬਲੌਗਸ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ, ਕਿਉਂਕਿ ਮੈਂ ਮਾਸਟਰ ਕੇਡਰ ਦੀ ਜਿਹੜੀ ਤਿਆਰੀ ਆ ਉਹ ਸਟਾਰਟ ਕਰ ਦਿੱਤੀ ਆ। ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀਡੀਓ ਬਣਾਉਣ ਦੀ, ਬਟ ਜਿੱਦਾਂ ਕਹਿ ਲਓ ਕਿ ਮੈਰਿਜ ਤੋਂ ਬਾਅਦ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਜਾਂਦੀ ਆ, ਮੈਨੂੰ ਹੁਣ ਇੱਦਾਂ ਹੁੰਦਾ ਪਿਆ ਕਿ ਆਪਣਾ ਜਿਹੜਾ ਮਾਈਂਡ ਆ ਨਾ ਉਹਨੂੰ ਬਹੁਤ ਜ਼ਿਆਦਾ ਸਟਰੋਂਗ ਕਰਨਾ ਪੈਣਾ ਅਗਰ ਮਾਸਟਰ ਕੇਡਰ ਕਲੀਅਰ ਕਰਨਾ ਹੈ ਤਾਂ। ਪੀ ਐੱਸ ਟੈਟ ਤਾਂ ਇੱਦਾਂ ਲੱਗਦਾ ਕਿ ਉਹ ਤਾਂ ਬਹੁਤ ਈਜ਼ੀ ਸੀਗਾ, ਬਟ ਮਾਸਟਰ ਕੇਡਰ ਦਾ ਸਿਲੇਬਸ ਇੱਕ ਉਹ ਪਲੱਸ ਵਨ ਟੂ ਅਤੇ ਗ੍ਰੈਜੂਏਸ਼ਨ ਦਾ ਉਹ ਗੈਪ ਇੰਨਾ ਪੈ ਜਾਂਦਾ ਆ ਸਟੱਡੀ ਕਿਤੇ ਨੂੰ, ਜਿਹਦੇ ਕਰਕੇ ਚੀਜ਼ਾਂ ਕਾਫੀ ਜ਼ਿਆਦਾ ਪੜ੍ਹਨੀਆਂ ਮੁਸ਼ਕਿਲ ਹੋ ਜਾਂਦੀਆਂ ਆ। ਬਟ ਫਿਰ ਵੀ ਕੋਸ਼ਿਸ਼ ਕਰਾਂਗੇ, ਮੈਂ ਹੁਣ ਤੋਂ ਆਪਣੀ ਸਟੱਡੀ ਸਟਾਰਟ ਕਰ ਦਿੱਤੀ ਆ, ਜਦੋਂ ਵੀ ਪੋਸਟਾਂ ਆਉਣਗੀਆਂ ਫਿਰ ਇੰਨਾ ਜ਼ਿਆਦਾ ਉਦੋਂ ਬਰਡਨ ਜਿਹੜਾ ਸਿਲੇਬਸ ਦਾ ਨਹੀਂ ਹੁੰਦਾ। ਅਤੇ ਚਲੋ ਹੁਣ ਅਸੀਂ ਆਪਣੇ ਮੇਨ ਟੋਪਿਕ ਦੇ ਬਾਰੇ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੈਂ ਫਸਟ ਅਟੈਂਪਟ ਵਿੱਚ ਪੀ ਐੱਸ ਟੈਟ ਕਲੀਅਰ ਕੀਤਾ। ਤੋ ਸਭ ਤੋਂ ਪਹਿਲੀ ਚੀਜ਼ ਜਿਹੜੀ ਕਿ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਣੀ ਆ ਉਹ ਹੈਗਾ ਪੀ ਐੱਸ ਟੈਟ ਦਾ ਸਿਲੇਬਸ। ਜਦੋਂ ਵੀ ਤੁਸੀਂ ਪੀ ਐੱਸ ਟੈਟ ਦੀ ਤਿਆਰੀ ਜਿਹੜੀ ਆ ਸਟਾਰਟ ਕਰਨੀ ਆ, ਸਭ ਤੋਂ ਪਹਿਲਾਂ ਉਹਦਾ ਜਿਹੜਾ ਆ ਸਿਲੇਬਸ ਅੱਛੇ ਤਰੀਕੇ ਦੇ ਨਾਲ ਰੀਡ ਆਊਟ ਕਰ ਲੈਣਾ, ਉਹਦਾ ਇਹ ਸਕਰੀਨਸ਼ੋਟ ਲੈ ਕੇ ਆਪਣੇ ਫੋਨ ਦੇ ਵਿੱਚ ਰੱਖ ਲੈਣੇ ਆ। ਜਦੋਂ ਵੀ ਕੋਈ ਟੋਪਿਕ ਪੜ੍ਹਨ ਲੱਗਣਾ ਸਭ ਤੋਂ ਪਹਿਲਾਂ ਮਤਲਬ ਸਿਲੇਬਸ ਨੂੰ ਇੱਕ ਵਾਰੀ ਦੇਖਣਾ ਜ਼ਰੂਰ ਆ, ਠੀਕ ਹੈ, ਇਸ ਤਰੀਕੇ ਦੇ ਨਾਲ। ਜਿੱਦਾਂ ਫਿਰ ਉਹਦੇ ਵਿੱਚੋਂ ਤੁਸੀਂ ਇਹ ਦੇਖੋ ਤੁਹਾਡੀ ਕਿਹੜੀ ਚੀਜ਼ ਜ਼ਿਆਦਾ ਸਟਰੋਂਗ ਆ, ਤੁਹਾਨੂੰ ਸੀ ਡੀ ਪੀ ਜ਼ਿਆਦਾ ਵਧੀਆ ਆ, ਪੰਜਾਬੀ ਜ਼ਿਆਦਾ ਵਧੀਆ ਆ, ਮੈਥ ਸਾਇੰਸ ਐੱਸ ਐੱਸ ਟੀ ਇੰਗਲਿਸ਼ ਕਿਹੜੀ ਚੀਜ਼ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ ਸਟਰੋਂਗ ਆ ਅਤੇ ਕਿਹੜੀ ਚੀਜ਼ ਤੁਹਾਡੀ ਸਭ ਤੋਂ ਜ਼ਿਆਦਾ ਵੀਕ ਆ। ਮੇਰਾ ਇਹ ਸੀਗਾ ਜਿੱਦਾਂ ਮੈਂ 10th ਕਲਾਸ ਤੋਂ ਬਾਅਦ ਸਾਇੰਸ ਜਿਹੜੀ ਆ ਉਹ ਨਹੀਂ ਪੜ੍ਹੀ, ਅਤੇ ਇਸ ਕਰਕੇ ਸਾਇੰਸ ਦੇ ਕੋਨਸੈਪਟ ਜਿਹੜੇ ਆ ਉਹ ਇੰਨੇ ਜ਼ਿਆਦਾ ਮੇਰੇ ਮਾਇੰਡ ਵਿੱਚ ਨਹੀਂ ਸੀ, ਅਤੇ ਮੈਂ ਸਾਇੰਸ ਦੇ ਉੱਤੇ ਇੰਨਾ ਜ਼ਿਆਦਾ ਫੋਕਸ ਵੀ ਨਹੀਂ ਕੀਤਾ। ਮੈਨੂੰ ਇੱਦਾਂ ਸੀਗਾ ਕਿ ਮੇਰੀ ਸੀ ਡੀ ਪੀ, ਪੰਜਾਬੀ, ਮੈਥ ਅਤੇ ਇੰਗਲਿਸ਼, ਇਹਨਾਂ ਚਾਰ ਚੀਜ਼ਾਂ ਨੂੰ ਵੀ ਅਗਰ ਮੈਂ ਅੱਛੇ ਤਰੀਕੇ ਦੇ ਨਾਲ ਕਰ ਲਵਾਂਗੀ ਤਾਂ ਮੈਂ ਕੋਈ ਟੋਪ ਤਾਂ ਕਰਨਾ ਨਹੀਂ ਆ, ਇਹ ਤਾਂ ਸਿਰਫ ਕੁਆਲੀਫਾਇੰਗ ਮਤਲਬ ਕੁਆਲੀਫਾਇੰਗ ਇਗਜ਼ਾਮ ਆ, ਹੈ ਨਾ, ਅਤੇ 90 ਨੰਬਰ ਚਾਹੀਦੇ ਆ। ਇਹਦੇ ਵਿੱਚ ਕੋਈ ਇੱਦਾਂ ਨਹੀਂ ਕਿ ਅਗਰ ਤੁਹਾਡੇ 150 ਚੋਂ 120-130 ਨੰਬਰ ਆ ਗਏ ਤਾਂ ਤੁਹਾਨੂੰ ਪਤਾ ਨਹੀਂ ਕੁਛ ਤੁਸੀਂ ਲੱਗ ਜੂਗੇ, ਇੱਦਾਂ ਦੀ ਚੀਜ਼ ਨਹੀਂ ਹੈਗੀ, ਹੈ ਨਾ। ਚਲੋ ਉਹ ਤਾਂ ਜਿਹੜੇ ਲੈਂਦੇ ਆ ਉਹ ਤਾਂ ਵਧੀਆ ਗੱਲ ਆ, ਅਗਰ ਆਉਂਦੇ ਆ ਤਾਂ ਬਹੁਤ ਵਧੀਆ ਗੱਲ ਆ। ਵੈਸੇ ਇਹ ਸਿਰਫ ਇੱਕ 90 ਮਾਰਕਸ ਤੁਹਾਨੂੰ ਚਾਹੀਦੇ ਆ ਪੇਪਰ ਨੂੰ ਕਲੀਅਰ ਕਰਨ ਦੇ ਲਈ, ਅਤੇ ਇਸ ਲਈ ਮੈਂ ਸਾਇੰਸ ਦੇ ਉੱਤੇ ਇੰਨਾ ਜ਼ਿਆਦਾ ਫੋਕਸ ਨਹੀਂ ਕੀਤਾ ਸੀ। ਸੀ ਡੀ ਪੀ ਨੂੰ ਤਾਂ ਮੈਂ ਇੰਨਾ ਜ਼ਿਆਦਾ ਡੀਪ ਦੇ ਵਿੱਚ ਕੀਤਾ ਸੀਗਾ, ਅਤੇ ਹੁਣ ਵੀ ਮੇਰੇ ਸੀ ਡੀ ਪੀ ਦੇ ਵਿੱਚ 30 ਦੇ ਵਿੱਚੋਂ 27 ਮਾਰਕਸ ਆਏ ਆ, ਪੰਜਾਬੀ ਦੇ ਮੇਰੇ 30 ਵਿੱਚੋਂ 29 ਮਾਰਕਸ ਆਏ ਆ, ਕਿਉਂਕਿ ਪੰਜਾਬੀ ਬਹੁਤ ਜ਼ਿਆਦਾ ਈਜ਼ੀ ਸੀ, ਪੰਜਾਬੀ ਬਿਨਾਂ ਪੜ੍ਹੇ ਇੰਨੇ ਨੰਬਰ ਆ ਗਏ ਆ। ਸਭ ਤੋਂ ਪਹਿਲਾਂ ਤੁਸੀਂ ਸਿਲੇਬਸ ਦੇਖ ਲੈਣਾ, ਸਿਲੇਬਸ ਦੇਖਣ ਤੋਂ ਬਾਅਦ ਹੁਣ ਤੁਸੀਂ ਆਪਣਾ ਇੱਕ ਟਾਈਮ ਟੇਬਲ ਸੈੱਟ ਕਰਨਾ ਤਾਂ ਜੋ ਤੁਸੀਂ ਆਪਣੇ ਟਾਈਮ ਨੂੰ ਵਧੀਆ ਤਰੀਕੇ ਦੇ ਨਾਲ ਮੈਨੇਜ ਕਰ ਸਕੋ, ਠੀਕ ਆ। ਸਟੈਪ ਨੰਬਰ 1 ਕੀ, ਤੁਸੀਂ ਆਪਣਾ ਸਿਲੇਬਸ ਦੇਖਣਾ ਕਿਹੜੀ ਚੀਜ਼ ਜ਼ਿਆਦਾ ਸਟਰੋਂਗ ਆ, ਕਿਹੜੀ ਚੀਜ਼ ਜ਼ਿਆਦਾ ਵੀਕ ਆ, ਕਿਹਦੇ 'ਤੇ ਜ਼ਿਆਦਾ ਧਿਆਨ ਦੇਣਾ, ਕਿਹਦੇ 'ਤੇ ਧਿਆਨ ਇੰਨਾ ਜ਼ਿਆਦਾ ਨਹੀਂ ਦੇਣਾ, ਇਹ ਸਾਰਾ ਤੁਸੀਂ ਖੁਦ ਡਿਸਾਈਡ ਕਰਨਾ ਆਪਣੀਆਂ ਰਿਕੁਆਇਰਮੈਂਟਸ ਦੇ ਅਕੋਰਡਿੰਗ। ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆਉਂਦੀ ਹੈ ਉਹ ਆਉਂਦਾ ਆ ਟਾਈਮ ਟੇਬਲ। ਤੁਸੀਂ ਹਰ ਰੋਜ਼ ਆਪਣਾ ਟਾਈਮ ਟੇਬਲ ਸੈੱਟ ਕਰਨਾ ਕਿ ਅੱਜ ਦਾ ਤੁਹਾਡਾ ਟਾਰਗੇਟ ਇਹ ਆ। ਅਗਰ ਤੁਸੀਂ ਸੀ ਡੀ ਪੀ ਕਰਨੀ ਆ, ਸੀ ਡੀ ਪੀ ਦੇ ਤੁਸੀਂ 2 ਚੈਪਟਰ ਕਰਨੇ ਆ ਜਾਂ 1 ਚੈਪਟਰ ਕਰਨਾ ਹੈ, ਉਹਦੇ ਨਾਲ ਤੁਸੀਂ ਮੈਥ ਦਾ ਕੁਛ ਕਰਨਾ, ਸਾਇੰਸ ਦਾ ਕੁਛ ਕਰਨਾ ਜਾਂ ਐੱਸ ਐੱਸ ਟੀ ਦਾ ਕੁਛ ਕਰਨਾ, ਜੋ ਵੀ ਤੁਹਾਡਾ ਕੰਬੀਨੇਸ਼ਨ ਆ, ਹਰ ਰੋਜ਼ ਤੁਸੀਂ ਆਪਣਾ ਇੱਕ ਟਾਈਮ ਟੇਬਲ ਜਿਹੜਾ ਹੈ ਸੈੱਟ ਕਰਨਾ ਤਾਂ ਜੋ ਤੁਸੀਂ ਆਪਣੇ ਟਾਈਮ ਨੂੰ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਮੈਨੇਜ ਕਰ ਸਕੋ।
अगर तुसी मेरियां वीडियोस देखियां होणगियां, तुसी पुरानियां वीडियोस जिहड़े मेरे स्टडी ब्लॉग्स दा अगर तुसी देखे होणगे, उहदे विच तुहानूं इह चीज़ मैं तुहाडे नाल प्रॉपर शेयर कीती होई है कि अज दा मेरा इह टारगेट आ, आह डेट आ, अज दा मेरा इह टारगेट आ ते इहनूं मैं कंप्लीट करना रात तक। इस तरीके दे नाल मैं अपनी स्टडी करदी सी। उस तों बाद टाइम टेबल थोड़ा इदां दा होना चाहिए अकॉर्डिंग टू तुहाडियां नीड्स, तुसी उहनूं चेंज भी कर सको। बिल्कुल फिक्सड टाइम टेबल नहीं, रिजिड नहीं होना चाहिए, फ्लैक्सीबल होना चाहिए अकॉर्डिंग टू योर नीड्स। तुसी अपना टाइम टेबल अगर तुहानूं लगता कि हाँ कुछ चेंज करन दी जरूरत आ, अपना टाइम टेबल तुसी थोड़ा बहुत चेंज भी कर सकते हैं, ठीक है। उस तों बाद सब तों मेन चीज़ जिहड़ी इह आ कि हर रोज़ स्टडी करनी ही करनी है। कंसिसटेंसी जिहड़ी सब तों मेन पॉइंट आ। सिलेबस देख लिया, टाइम टेबल बना लिया, उस टाइम टेबल का भी कोई फायदा नहीं अगर तुसी वो अपना टारगेट पूरा ही ना कर सके। टाइम टेबल का जो भी तुसी टारगेट अपना सैट किया उन्हों पूरा करने के लिए हर रोज़ कंसिसटेंट रहना बहुत ज़्यादा जरूरी है। हर रोज़ अपनी स्टडी करनी जिहड़ी आ बहुत ज़्यादा जरूरी है। पी एस टैट क्लीयर करने के लिए हर रोज़ अगर तुसी 2 तो 3 घंटे स्टडी कर लेंगे ना, थोड़ा पी एस टैट बड़े आराम न क्लीयर हो जाना, तुहानू कोई दिक्कत ही नहीं आनी। पर वो 2 तो 3 घंटे इदा के होने चाहिए आ कि तुसी उस 2 तो 3 घंटे में किसी होर चीज़ वाल ध्यान नहीं देना। स्टार्टिंग स्टार्टिंग दे विच जो तुसी हले स्टार्ट ही किया उदों पहला तुहानू थोड़ा थोड़ा अपना टाइम इनक्रीज़ करना स्टार्ट करो। एक बार जो सारा सिलेबस कंप्लीट हो गया ना, सारा सिलेबस एक बार चंगी तरह कंप्लीट हो गया, थोड़े प्रॉपर नोट्स बन गए, उस तो बाद तो तुसी हर रोज़ अगर 2 तो 3 घंटे स्टडी करोगे तो पेपर बड़े आसानी दे नाल क्लीयर हो जाना। क्योंकि मैं पहला तो काफ़ी ज़्यादा पढ़ती सी, मतलब वो फिर मेरे प्रॉपर नोट्स बन गए, मैथ के नोट्स बन गए, CDP के नोट्स बन गए, पंजाबी के ग्रामर के नोट्स बन गए, इस इंग्लिश के मैं नोट्स बना ले, सारे नोट्स एक बार बन गए, टाइम ज़्यादा तो ज़्यादा टाइम लगा के नोट्स वगैरह सारे बन गए। जो तो एक बार नोट्स बन गए पढ़ लिया, उस तो बाद तो फिर 2 तो 3 घंटे पढ़ाई करो, आराम दे नाल सारा कुछ कवर अप हो ही जाना, कोई दिक्कत नहीं आनी। ये नाल ही ये चीज़ बहुत मैटर करती है कि तुसी जिहड़े तुहाडे रिसोर्सिज आ पढ़ाई दे, मतलब तुसी किस चीज़ नूं फॉलो करना है। मैं तुहानूं अपना परसनल एक्सपीरियंस शेयर करदी हाँ, मैं CDP ते इंग्लिश ये दोनों चीज़ा हिमांशी सिंह का जिहड़ा चैनल है ना लैट्स लर्न उत्थों कीतियां सीगियां। पूरी दी पूरी CDP मैराथोन जिहड़ियां क्लासिज आ ना उत्थों मैं नोट्स बनाए सी। अगर तुसी चाहो तो मैं तुहाडे नाल अपने वो नोट्स जिहड़े शेयर भी कर सकदी हाँ कि मैं किस तरीके दे नाल नोट्स जिहड़े आ बनाए सीगे। CDP ते इंग्लिश मैं सिर्फ उन्हां दे चैनल तो कीती सी, होर कित्यों भी मैं CDP नहीं कीती, ना ही मैं इंग्लिश कीती। हाँ अगर MCQ कंटेंट सारा हिमांशी सिंह दे चैनल तो कीता, लैट्स लर्न चैनल दा नाम आ, तो थोड़े बहुत MCQ जिहड़े सावल क्लासिस दे चैनल तो भी मैं कर ले सी। बट बाद विच तां फिर मैं स्कूल ज्वाइन कर लिया, मैं तो इन्नी ज़्यादा पढ़ाई हुई नहीं। जिहड़े मैं अपने नोट्स बनाए सी हिमांशी सिंह दे चैनल तो मैं उन्हां नोट्स नूं ही पढ़िया, ते CDP दी हर एक चीज़ जिहड़ी है ना जो हिमांशी सिंह ने अपने चैनल ते कराई है ना, एक एक चीज़ CDP दी उहदे विचों आई सी। इसे करके मेरे 26 मार्क्स आए CDP चों। तो इस तरीके दे नाल इंग्लिश भी मैं इंग्लिश ते CDP दोवें मैं उत्थों कीतियां। मैथ दा प्रॉपर मेरे पहला ही नोट्स बने सीगे मैथ दे, नाल दी नाल मैं अपना टॉपिक सर्च कर लो यूट्यूब दे उत्ते, जिहड़ा तुहाडा जो जो टॉपिक आ वो कर लो। सब तो मेन पॉइंट यही है कि तुसी बहुत ज़्यादा यूट्यूब चैनल जिहड़े फॉलो नहीं करने, बहुत ज़्यादा नोट्स नहीं बनाने, थां थां ते जाके वीडियोज़ नहीं देखनियां। क्योंकि जो असं पी एस टैट की तैयारी करते हैं ना यूट्यूब के उत्ते इन्नियां वीडियोज़ इन्ना कंटेंट लोड़ तो ज़्यादा करन दी भी कोई ज़रूरत नहीं हैगी। लिमिटेड चीज़ा करनियां हैं जिहदे नाल तुसी बड़ी आसानी दे नाल अपना टेस्ट जिहड़ा क्लीयर कर सकते हैं। तो हुण मैं अपने चैनल दे उत्ते मास्टर केडर दे नाल स्टडी ब्लॉग्स जिहड़ियां शेयर करूँगी। मैं अपनी जर्नी जिहड़ी आ स्टार्ट कर दित्ती आ, ते तुसी भी मेरे नाल जुड़ना जरूर आ तां जो असीं एक गवर्नमेंट जॉब तक पहुँच सकीए। जदों भी पोस्ट आनगियां पेपर होगा पूरा अपना शड्यूल जिहड़ा तुहाडे नाल मैं शेयर करांगी। सो अगर वीडियो पसंद आए तो चैनल नूं सबसक्राइब ते वीडियो लाइक जरूर करना। मिलते हैं अगली वीडियो दे विच उन्ने टाइम लई। थैंक यू।